ਹੈਲੋ ਫਰੈਂਡਸ, ਆਈ ਹੋਪ ਸਾਰੇ ਠੀਕ ਹੋਵੋਗੇ। ਅੱਜ ਹੈ ਸੰਡੇ ਅਤੇ ਆਪਾਂ ਕਰਦੇ ਹਾਂ ਅੱਜ ਦਾ ਵੈਦਰ ਇੰਜੋਏ, ਕਿਉਂਕਿ ਅਸੀਂ ਸਾਹਮਣੇ ਖੜ੍ਹੇ ਹਾਂ ਇਸ ਟਾਈਮ ਕੋਨਸਟੋਗਾ ਕਾਲਜ ਦੇ ਦੂਨ ਕੈਂਪਸ 'ਤੇ। ਅਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਹੋਟਲ ਦੇ ਬਾਰੇ, ਅਤੇ ਕਰਾਂਗੇ ਬ੍ਰੈਕਫਾਸਟ ਇੰਜੋਏ, ਅਤੇ ਦੇਖਾਂਗੇ ਸਰਵਿਸ ਕਿੱਦਾਂ ਪ੍ਰੋਵਾਈਡ ਕਰਦੇ ਨੇ। ਇਹ ਸਾਰਾ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਹੈ ਕੋਨਸਟੋਗਾ ਕਾਲਜ ਦਾ ਦੂਨ ਕੈਂਪਸ। ਅਤੇ ਸਾਹਮਣੇ ਹੈ ਸਾਰੀ ਮਾਰਕੀਟ। ਹੁਣ ਆਪਾਂ ਕਰਾਂਗੇ ਰੋਡ ਕ੍ਰੋਸ। ਸਾਰਿਆਂ ਨੂੰ ਪਤਾ ਹੀ ਆ ਕਿ ਰੋਡ ਕ੍ਰੋਸ ਕਰਨ ਦੇ ਲਈ ਇੱਥੇ ਆਪਾਂ ਨੂੰ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਪੈਂਦਾ, ਠੀਕ ਹੈ। ਉਹਦੇ ਲਈ ਆਪਾਂ ਨੂੰ ਕੀ ਆ, ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਥੇ ਹੱਥ ਹੈ, ਇਟ ਮੀਨਸ ਆਪਾਂ ਹਜੇ ਫਿਲਹਾਲ ਸੜਕਾਂ ਜਿਹੜੀ ਕ੍ਰੋਸ ਨਹੀਂ ਕਰ ਸਕਦੇ, ਠੀਕ ਹੈ। ਉਹਦੇ ਲਈ ਆਪਾਂ ਨੂੰ ਇਹ ਪ੍ਰੈਸ ਬਟਨ ਪ੍ਰੈਸ ਕਰਨਾ ਪੈਣਾ, ਠੀਕ ਹੈ। ਅਤੇ ਉਦੋਂ ਤੱਕ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਜਦ ਤੱਕ ਉੱਥੇ ਬੰਦਾ ਨਹੀਂ ਆਉਂਦਾ ਹੈਗਾ, ਮਤਲਬ ਕਿ ਵਾਕ ਦੇ ਲਈ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਸਾਹਮਣੇ ਕੀ ਆ, ਬੰਦਾ ਬਣ ਚੁੱਕਿਆ। ਅਤੇ ਉੱਥੇ ਕੀ ਹੈ, 23 seconds ਨੇ। ਨਾ ਆਈ ਹਵਾ ਆਵਾ ਸੋ ਮਚ ਟਾਈਮ ਟੂ ਕ੍ਰੋਸ ਦੀ ਰੋਡ, 10 9। ਜਦੋਂ ਤੱਕ ਇਹਦੀ ਕਾਊਂਟਿੰਗ ਚੱਲ ਰਹੀ ਆ ਉਦੋਂ ਤੱਕ ਹੀ ਰੈੱਡ ਲਾਈਟ ਹੋਊਗੀ। ਫਿਰ ਹੁਣ ਚੱਲਦੇ ਆਪਾਂ ਮਾਰਕੀਟ ਦੇ ਵਿੱਚ, ਤੁਹਾਨੂੰ ਦਿਖਾਉਂਦੇ ਹਾਂ ਕੁਛ ਗਰੋਸਰੀ ਸਟੋਰਸ। ਇਹ ਜਿਹੜੇ ਨੇ ਮੋਸਟਲੀ ਇੰਡੀਅਨਸ ਵੀ ਨੇ ਇੱਥੇ, ਪਾਕਿਸਤਾਨੀ ਐਂਡ ਇੰਡੀਅਨ ਗਰੋਸਰੀ, ਦ ਇੰਡੀਅਨ ਬਾਸਕਟ। ਉਸ ਸਾਈਡ ਤੁਸੀਂ ਇੰਡੀਆ ਵਾਲਾ ਸਾਹਿਬ ਪੈਟਰੋਲ ਪੰਪ ਦੇਖ ਸਕਦੇ ਹੋ, ਰਾਈਟ। ਅਤੇ ਆਪਾਂ ਅੱਜ ਗਰੋਸਰੀ ਥੋੜ੍ਹੀ ਜਿਹੀ ਖਰੀਦਦੇ ਹਾਂ, ਅਤੇ ਆਪਣਾ ਆਲ ਟਾਈਮ ਫੇਵਰੇਟ ਆ ਦ ਇੰਡੀਅਨ ਬਾਸਕਟ ਬਈ। ਇਹਨਾਂ ਦੀ ਸਰਵਿਸ ਬਹੁਤ ਹੀ ਜ਼ਿਆਦਾ ਵਧੀਆ, ਜਿਹੜਾ ਵੀ ਆਊਗਾ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ, ਦੇਖਦੇ ਹਾਂ ਕਿੱਦਾਂ ਕਿੱਦਾਂ ਦੀਆਂ ਸਰਵਿਸਿਜ਼ ਇਹ ਪ੍ਰੋਵਾਈਡ ਕਰਦੇ ਨੇ। ਆਲਮੋਸਟ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਆ ਜਿਹੜੀ ਇੱਥੇ ਮਿਲ ਜਾਏਗੀ, ਕੋਸਮੈਟਿਕ ਦਾ ਸਮਾਨ, ਸਨੈਕਸ, ਫਰੂਟਸ, ਬਾਕੀ ਜਨਰਲ ਜੋ ਵੀ ਮਿਲਕ ਵਗੈਰਾ ਜਾਂ ਕੁਛ ਵੀ ਡੈਰੀ ਦਾ ਪ੍ਰੋਡਕਟਸ ਖਰੀਦਣੇ ਨੇ, ਸਵੀਟਸ, ਬਾਕੀ ਹਲਾਲ ਮੀਟ, ਹਰ ਇੱਕ ਚੀਜ਼ ਆਲਮੋਸਟ ਇੱਥੇ ਅਵੇਲੇਬਲ ਹੈ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤੀ ਹੋਈ ਆ, ਅਤੇ ਅਫੋਰਡੇਬਲ ਪ੍ਰਾਈਜ਼ ਹੈ। ਸਭ ਤੋਂ ਬੈਸਟ ਚੀਜ਼ ਮੈਨੂੰ ਲੱਗੀ, ਅੱਗੇ ਰੱਖੜੀਆਂ ਆ ਰਹੀਆਂ ਨੇ, ਇਫ ਯੂ ਵਾਂਟ ਟੂ ਬਾਏ ਐਨੀਥਿੰਗ, ਕੋਈ ਵੀ ਨਵੇਂ ਨਵੇਂ ਡਿਜ਼ਾਈਨ ਦੇ ਵਿੱਚ ਤੁਸੀਂ ਰੱਖੜੀ ਖਰੀਦਣੀ ਚਾਹੁੰਦੇ ਹੋ, ਯੂ ਕੈਨ ਕਮ ਹੇਅਰ। ਬਹੁਤ ਹੀ ਜ਼ਿਆਦਾ ਚੀਪ ਪ੍ਰਾਈਸ 'ਤੇ ਹਰ ਇੱਕ ਚੀਜ਼ ਅਵੇਲੇਬਲ ਹੈ ਇੱਥੇ। ਅਤੇ ਬਾਈ, ਜਿਨ੍ਹਾਂ ਦਾ ਇੰਗਲਿਸ਼ ਦੇ ਵਿੱਚ ਹੱਥ ਤੰਗ ਆ, ਠੀਕ ਆ, ਉਹਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਕੋਈ ਵੀ ਸਮਾਨ ਪੰਜਾਬੀ ਦੇ ਵਿੱਚ ਵੀ ਖਰੀਦ ਸਕਦੇ ਹੋ, ਕਿਉਂਕਿ ਜੋ ਆਪਣੇ ਇਸ ਸਟੋਰ ਦੇ ਓਨਰ ਨੇ, ਜੋ ਸਰਵਿਸ ਪ੍ਰੋਵਾਈਡ ਕਰਦੇ ਨੇ, ਉਹ ਆਪਣੇ ਇੰਡੀਅਨ ਨੇ, ਅਤੇ ਆਪਣਾ ਜਿਹੜਾ ਗਰੋਸਰੀ ਦਾ ਸਮਾਨ ਹੈ ਉਹ ਹੈ ਰੈਡੀ। ਅਤੇ ਭਾਅ ਜੀ, ਥੈਂਕ ਯੂ ਸੋ ਮੱਚ, ਥੈਂਕਸ ਫੋਰ ਦਿਸ ਬ੍ਰਿਲੀਅੰਟ ਸਰਵਿਸ। ਅਤੇ ਜੋ ਵੀ ਆਉਣਾ ਚਾਹੂਗਾ ਮੇਰਾ ਵੀਰ, ਮੈਂ ਰੈਕਮੈਂਡ ਕਰੂੰਗਾ ਇੱਥੇ ਜ਼ਰੂਰ ਪਹੁੰਚੋ ਇੱਕ ਵਾਰ, ਬਹੁਤ ਹੀ ਵਧੀਆ ਸਰਵਿਸ ਪ੍ਰੋਵਾਈਡ ਕਰਦੇ ਨੇ। ਅਤੇ ਤੁਹਾਡਾ ਇੰਗਲਿਸ਼ ਦੇ ਵਿੱਚ ਹੱਥ ਜਿੰਨਾ ਮਰਜ਼ੀ ਟਾਈਟ ਆ, ਸਾਰਾ ਕੁਝ ਪੰਜਾਬੀ ਦੇ ਵਿੱਚ ਬੋਲ ਸਕਦੇ ਹੋ। ਓਕੇ, ਥੈਂਕ ਯੂ। ਅਗਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕੀਜੀਏ ਅਤੇ ਸ਼ੇਅਰ ਕਰੋ, ਅਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਥੈਂਕ ਯੂ।